ਕਹਿੰਦੇ ਨੇ ਪਿਆਰ ਅੰਨਾ ਹੁੰਦਾ ਹੈ। ਇਸ ਗੱਲ ਦੀ ਮਿਸਾਲ ਬਟਾਲਾ ਨਜ਼ਦੀਕ ਪਿੰਡ ਵਿੰਜਵਾਂ ਵਿੱਚ ਵੇਖਣ ਨੂੰ ਮਿਲੀ, ਜਿੱਥੇ ਕਿ ਪਿਆਰ ਵਿੱਚ ਅੰਨੀ ਹੋਈ ਔਰਤ ਨੇ ਆਪਣੇ ਹੀ ਪਤੀ ਦਾ ਸੁਪਾਰੀ ਦੇ ਕੇ ਕਤਲ ਕਰਵਾ ਦਿੱਤਾ ਸੀ। ਦਰਅਸਲ 5 ਅਕਤੂਬਰ 2019 ਨੂੰ ਬਟਾਲਾ ਨਜ਼ਦੀਕ ਪਿੰਡ ਵਿੰਜਵਾਂ ਦੇ ਕਿਸਾਨ ਜਗਵੰਤ ਸਿੰਘ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਤੇ ਇਸ ਕਤਲ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ 3 ਮਹੀਨੇ ਬਾਅਦ ਸੁਲਝਾ ਹੀ ਲਈ, ਜਿਸ ਤੋਂ ਇਹ ਪਤਾ ਲੱਗਾ ਕਿ ਮ੍ਰਿਤਕ ਵਿਅਕਤੀ ਦੀ ਪਤਨੀ ਗੁਰਮੀਤ ਕੌਰ ਨੇ ਹੀ ਆਪਣੇ ਪਤੀ ਦਾ 4 ਲੱਖ ਰੁਪਏ ਦੀ ਸੁਪਾਰੀ ਦੇ ਕੇ ਕਤਲ ਕਰਵਾ ਦਿੱਤਾ ਸੀ। ਇਸ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਪਤਨੀ ਤੇ ਪ੍ਰੇਮੀ ਸਮੇਤ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਇੱਕ ਹੋਰ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਇਸ ਤਰ੍ਹਾਂ ਜੀ 5-10-19 ਨੂੰ ਰਾਤ ਦੇ ਵਕਤ ਇੱਥੇ ਪਿੰਡ ਵਿੰਜਵਾਂ ਬਾਹਰ ਡੇਰੇ ਨੇ, ਬਾਬੇ ਬੂਟਾ ਸ਼ਾਹ ਦੇ ਲਾਗੇ ਜਗਵੰਤ ਸਿੰਘ ਦਾ ਘਰ ਹੈ, ਉਹਨੂੰ ਰਾਤ ਦੇ ਸਮੇਂ ਕਰੀਬ ਕੋਈ 8:30 ਵਜੇ ਕੋਈ ਅਣਪਛਾਤੇ ਆਦਮੀਆਂ ਨੇ ਘਰੋਂ ਬੁਲਾ ਕੇ ਗੇਟ ਦੇ ਬਾਹਰ ਗੋਲੀਆਂ ਮਾਰ ਕੇ ਅਤੇ ਕਿਰਚਾ ਮਾਰ ਕੇ ਮਾਰ ਦਿੱਤਾ ਸੀ, ਜਿਸ ਦੇ ਸੰਬੰਧ ਵਿੱਚ ਅਸੀਂ ਮੁਕੱਦਮਾ ਨੰਬਰ 75 6-10-19 ਦਰਜ ਰਜਿਸਟਰ ਕੀਤਾ ਸੀ ਅੰਡਰ ਸੈਕਸ਼ਨ 302-34-25-27-54-8, ਜਿਹਦੀ ਤਫਤੀਸ਼ ਕਰ ਰਹੇ ਸੀ ਕਿਉਂਕਿ ਬਲਾਈਂਡ ਮਰਡਰ ਸੀ, ਕੋਈ ਪਤਾ ਨਹੀਂ ਸੀ ਉਸ ਵੇਲੇ, ਪਰ ਉਸ ਵੇਲੇ ਵੀ ਸਾਨੂੰ ਇਹ ਜਿਹੜਾ ਜ਼ਿਆਦਾ ਸ਼ੱਕ ਸੀ ਉਹਨਾਂ ਹਾਲਾਤਾਂ ਦੇ ਮੁਤਾਬਕ ਇਹ ਉਸਦੀ ਮਰਨ ਵਾਲੇ ਦੀ ਘਰ ਦੀ ਗੁਰਮੀਤ ਕੌਰ ਜਿਹੜੀ ਕਿ ਮਦਈ ਮੁਕੱਦਮਾ ਸੀ ਉਹਦੇ 'ਤੇ ਹੀ ਸੀ, ਪਰ ਫਿਰ ਵੀ ਕਿਸੇ ਚੀਜ਼ ਨੂੰ ਜਿੰਨੀ ਦੇਰ ਤੱਕ ਪੁਖਤਾ ਨਹੀਂ ਕਰ ਲਿਆ ਜਾਂਦਾ ਕੋਈ ਗੱਲ ਕਹਿਣੀ ਠੀਕ ਨਹੀਂ ਹੁੰਦੀ। ਸਾਡੇ SSP ਸਾਹਿਬ ਘੁੰਮਣ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸਾਡੇ DSP ਸਾਹਿਬ ਬਲਬੀਰ ਸਿੰਘ ਫਤਿਹਗੜ੍ਹ ਚੂੜੀਆਂ ਉਹਨਾਂ ਦੀ ਰਹਿਨਮਾਈ ਹੇਠ ਅਸੀਂ ਇਹ ਜਿਹੜੀ ਬੜੇ ਵਿਗਿਆਨਕ ਅਤੇ ਹਰ ਤਰੀਕੇ ਨਾਲ ਇਹਦੀ ਜਿਹੜੀ ਹੈ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਸ਼ੱਕ ਸਾਡਾ ਪੁਖਤਾ ਹੋਣ 'ਤੇ ਇਹ ਗੁਰਮੀਤ ਕੌਰ ਨੂੰ ਫਿਰ ਅਸੀਂ ਦੁਬਾਰਾ ਪੁੱਛਗਿੱਛ ਲਈ ਆਪਣੇ ਕੋਲ ਬੁਲਾਇਆ ਅਤੇ ਪੁੱਛਗਿੱਛ ਕਰਨ 'ਤੇ ਜਿਹਨੇ ਆਪਣਾ ਜੁਰਮ ਜਿਹੜਾ ਇਕਬਾਲ ਕੀਤਾ ਵੀ ਇਹ ਜਿਹੜਾ ਗੁਨਾਹ ਹੈ ਇਹ ਮੈਂ ਚੰਨਣ ਸਿੰਘ ਸਨ ਆਫ ਚਰਨਜੀਤ ਸਿੰਘ ਚੰਨਾ ਸਨ ਆਫ ਅਜੀਤ ਸਿੰਘ ਅਤੇ ਬਲਕਾਰ ਸਿੰਘ ਸਨ ਆਫ ਨਰਿੰਦਰ ਸਿੰਘ ਜਿਹੜਾ ਕਿ ਬਾਬਾ ਗ੍ਰੰਥੀ ਹੈ ਪਿੰਡ ਦਾ ਉਹਦੇ ਨਾਲ ਸਲਾਹ ਕਰਕੇ ਉਹਨਾਂ ਨੂੰ ਕਹਿ ਕੇ ਅਤੇ ਬਟਾਲੇ ਦੇ 4 ਲੋਕ ਨੇ ਜਿਨ੍ਹਾਂ ਨੂੰ ਹਾਇਰ ਕਰਕੇ 4 ਲੱਖ ਰੁਪਈਏ ਦੇ ਵਿੱਚ ਇਹ ਜਿਹੜਾ ਇੱਕ ਤਾਂ ਹਰਵਿੰਦਰ ਸਿੰਘ ਇਹਦੀ ਅਸਟਿਮੀ ਸਨ ਆਫ ਅਰਜਨ ਸਿੰਘ, ਇੱਕ ਉਹਦਾ ਲੜਕਾ ਅੰਮ੍ਰਿਤਪਾਲ ਸਿੰਘ ਅਤੇ ਇੱਕ ਹਰਪਾਲ ਸਿੰਘ ਭਾਲਾ ਸਨ ਆਫ ਗੁਰਨਾਮ ਸਿੰਘ ਅਤੇ ਇੱਕ ਇਹ ਜਿਹੜਾ ਹਰਵਿੰਦਰ ਸਿੰਘ ਹੈ ਇਹਦਾ ਭਾਣਜਾ ਟਿੰਮੀ ਬੰਟੀ ਸਨ ਆਫ ਸੁਰਿੰਦਰ ਸਿੰਘ ਫੈਜ਼ਪੁਰੇ ਦਾ। ਉੱਪਰ ਵਾਲੇ 3 ਜਿਹੜੇ ਨੇ ਉਹ ਮੁਰਗੀ ਮੱਲੇ ਦੇ ਨੇ, ਇਹ ਜਿਹੜਾ ਬੰਟੀ ਹੈ ਫੈਜ਼ਪੁਰੇ ਦਾ, ਇਹਨਾਂ ਨਾਲ ਇਹਨਾਂ ਨੂੰ ਬੁਲਾ ਕੇ ਇਹਨਾਂ ਦੇ ਰਾਹੀਂ ਫਿਰ ਇਹਨਾਂ ਨੇ ਜਿਹੜਾ ਇਹ ਕਤਲ ਜਿਹੜਾ ਇਹਦਾ ਕਰਵਾਇਆ। ਇਹਨਾਂ ਨੂੰ 1 ਲੱਖ ਰੁਪਈਆ ਜਿਹੜਾ ਇਹਨਾਂ ਨੇ ਉਹਨਾਂ ਨੂੰ ਪਹੁੰਚਾ ਵੀ ਦਿੱਤਾ, ਜਿਹਦੀ ਅਸੀਂ ਰਿਕਵਰੀ ਤਫਤੀਸ਼ ਚੱਲ ਰਹੀ ਹੈ ਸਾਡੀ, ਇਹਨਾਂ ਨੂੰ ਅਰੈਸਟ ਕੀਤਾ ਉਹ ਅਸੀਂ ਅਗਾਂਹ ਗਏ। ਅਸੀਂ ਉਹਦੇ ਵਿੱਚ 1 ਕਿਰਚ ਜਿਹੜੀ ਆ ਉਹ ਬਰਾਮਦ ਕੀਤੀ ਆ, ਬਾਕੀ ਜਿਹੜੇ ਨੇ ਉਹ ਜਿਹੜੇ ਪਿਸਟਲ ਨੇ ਉਹ ਬੰਟੀ ਦੇ ਕੋਲ ਇਹਨਾਂ ਦੇ ਹੁਣ ਤੱਕ ਦੀ ਤਫਤੀਸ਼ ਦੇ ਮੁਤਾਬਕ ਦੱਸੇ ਗਏ ਨੇ, ਜਿਹਨੂੰ ਵੀ ਅਸੀਂ ਅਰੈਸਟ ਕਰ ਰਹੇ ਹਾਂ ਅਤੇ ਬਾਕੀ ਹੋਰ ਪੁੱਛਗਿੱਛ 'ਤੇ ਜਿਹੜੀ ਆ ਉਹ ਵੈਪਨ ਵੀ ਰਿਕਵਰ ਜਿਹੜੇ ਨੇ ਉਹ ਕੀਤੇ ਜਾ ਰਹੇ। ਇਹਦੇ 'ਚ 1 ਵੈਪਨ ਇਹਨਾਂ ਨੇ ਦੱਸਿਆ ਸਾਨੂੰ
ਜਿਹੜਾ ਪਿਸਟਲ ਆ ਅਤੇ ਬਾਕੀ ਦੇਖਦੇ ਹਾਂ ਜੀ। 32 ਬੋਰ ਦਾ ਲੇਡੀਜ਼ ਦੀ ਇਹਨਾਂ ਬੰਦਿਆਂ ਨਾਲ ਇੱਕ ਤਾਂ ਇਹ ਗੁਆਂਢੀ ਨੇ, ਇੱਕ ਜਿਹੜਾ ਚੰਨਾ ਹੈ ਚਰਨਜੀਤ ਸਿੰਘ ਚੰਨਾ, ਇਹ ਪਹਿਲਾਂ ਮਰਨ ਵਾਲੇ ਦੇ ਨਾਲ ਦੁਬਈ ਦੇ ਵਿੱਚ ਇਕੱਠੇ ਰਹਿੰਦੇ ਸੀ ਅਤੇ ਉੱਥੇ ਚਰਨਜੀਤ ਚੰਨਾ ਨੇ ਇਹਦੀ ਇਮਦਾਦ ਵੀ ਕੀਤੀ ਸੀ, ਆਪਣੀ ਕੰਪਨੀ ਦੇ ਵਿੱਚ ਇਹਨੂੰ ਕੰਮ ਵੀ ਦਵਾਇਆ ਸੀ, ਡਰਾਈਵਿੰਗ ਲਾਇਸੈਂਸ ਬਣਾਉਣ 'ਚ ਵੀ ਇਮਦਾਦ ਕੀਤੀ ਸੀ। ਕਾਰਨ ਇਹ ਸੀ ਕਿ ਇਹਦੇ ਗੁਰਮੀਤ ਕੌਰ ਮਰਨ ਵਾਲੀ ਜਿਹੜੀ ਗੁਰਮੀਤ ਕੌਰ ਆ ਮਰਨ ਵਾਲੇ ਦੀ ਕਰਦੀ, ਇਹਦੇ ਚਰਨਜੀਤ ਸਿੰਘ ਚੰਨਾ ਦੇ ਨਾਲ ਕੋਈ ਰਿਲੇਸ਼ਨ ਸੀ। ਇਹ ਜਿਹੜਾ ਇਹਦੀ ਜਿਹੜੀ ਪਹਿਲਾਂ ਲੜਕੀ ਸੀ, ਕਿਉਂਕਿ ਇਹਦੀਆਂ ਦੋ ਸ਼ਾਦੀਆਂ ਸੀ, ਪਹਿਲਾਂ ਇਹਦੇ ਵੱਡੇ ਭਰਾ ਵੱਲ ਵਿਆਹੀ ਹੋਈ ਸੀ, ਮ੍ਰਿਤਕ ਦੇ ਪਹਿਲਾਂ ਵੱਡੇ ਭਰਾ ਉਹਦੇ ਐਕਸੀਡੈਂਟ 'ਚ ਮੌਤ ਹੋ ਗਈ ਸੀ, ਉਹਦੇ ਦੋ ਬੱਚੇ ਸੀ। ਉਸ ਤੋਂ ਬਾਅਦ ਇਹਨਾਂ ਸਹਿਮਤੀ ਦੇ ਨਾਲ ਇਹਨਾਂ ਦੂਸਰੇ ਭਰਾ ਵੱਲ ਇਹ ਜਗਵੰਤ ਸਿੰਘ ਵੱਲ ਬਿਠਾ ਦਿੱਤੀ ਅਤੇ ਇਹਦੇ ਵਿੱਚੋਂ ਵੀ ਦੋ ਬੱਚੇ ਸੀ। ਇਹ ਜਗਵੰਤ ਸਿੰਘ ਜਿਹੜਾ ਇਹ ਜਦ ਬਾਹਰ ਚਲਾ ਗਿਆ ਅਤੇ ਜਿਹੜੀ ਪਹਿਲੇ ਭਰਾ ਦੇ ਵਿੱਚੋਂ ਲੜਕੀ ਸੀ ਉਹਨੇ ਕਾਫੀ ਪੜ੍ਹਾਈ ਸੀ, ਉਹ ਚਲੀ ਗਈ ਸੀ, ਦੌੜ ਗਈ ਸੀ, ਉਹਨੇ ਜੈਤੋ ਸਰ ਜੇ ਕਿਸੇ ਮੁੰਡੇ ਨਾਲ ਲਵ ਮੈਰਿਜ ਕਰਾ ਲਈ ਸੀ। ਜਦੋਂ ਵਾਪਸ ਉਹਨੂੰ ਪਤਾ ਲੱਗਾ, ਉਹ ਵਾਪਸ ਆਇਆ ਅਤੇ ਫਿਰ ਉਹਨੇ ਵਾਪਸ ਨਾ ਜਾਣ ਦਾ ਮਨ ਬਣਾ ਲਿਆ ਸੀ ਅਤੇ ਇੱਥੇ ਕੰਮ ਕਰਦਾ ਸੀ ਅਤੇ ਘਰ ਵਾਲੀ 'ਤੇ ਸ਼ੱਕ ਸੀ ਉਹਨੂੰ, ਇਹਦੀਆਂ ਮਾੜੀਆਂ ਆਦਤਾਂ ਕਰਕੇ ਮੇਰੀ ਲੜਕੀ ਜਿਹੜੀ ਉਹ ਗਈ ਹੈ, ਜੇ ਇਹਦੇ ਇਹ ਠੀਕ ਹੁੰਦੀ ਤਾਂ ਸ਼ਾਇਦ ਇਹ ਹਾਲਾਤ ਨਾ ਹੁੰਦੇ। ਜਿਸ ਕਰਕੇ ਉਹਦੇ 'ਤੇ ਇੱਕ ਦੋ ਵਾਰੀ ਪਹਿਲਾਂ ਵੀ ਇਹਨਾਂ ਦੇ ਕੋਈ ਇਸ ਤਰ੍ਹਾਂ ਦੀਆਂ ਮੋਬਾਈਲ ਫੋਨ ਦੀਆਂ ਕਾਲ ਡਿਟੇਲ ਤੋਂ ਹੋਰ ਕਰਕੇ ਉਹਨੂੰ ਸ਼ੱਕ ਸੀ, ਜਿਹਦੇ ਕਰਕੇ ਇਹਨਾਂ ਦੇ ਛੋਟੇ ਛੋਟੇ ਝਗੜਿਆਂ ਤੋਂ ਆਪਸ ਵਿੱਚ ਕਈ ਵਾਰੀ ਸਹਿਮਤੀ ਵੀ ਹੋਈ ਸੀ, ਪਰਿਵਾਰਾਂ ਨੇ ਕਰਵਾਈ ਸੀ। ਅਤੇ ਹੁਣ ਦੁਬਾਰਾ ਜਦ ਉਹਨੂੰ ਇਹਦੇ 'ਤੇ ਚੰਨਣ ਸਿੰਘ 'ਤੇ ਵੀ ਸ਼ੱਕ ਸੀ ਅਤੇ ਉਹ ਇਹਨਾਂ ਨਾਲ ਨਹੀਂ ਸੀ ਬੋਲਣ ਦਿੰਦਾ ਅਤੇ ਇਹ ਸਮਝਦੇ ਸੀ ਵੀ ਸਾਡੇ ਰਸਤੇ ਦਾ ਰੋੜਾ। ਦੂਸਰਾ ਜਿਹੜਾ ਬਲਕਾਰ ਸਿੰਘ ਬਾਬਾ, ਉਹਦੀ 1 ਕਿੱਲਾ ਜ਼ਮੀਨ ਜਿਹੜੀ ਆ ਉਹ ਇਹ ਮਰਨ ਵਾਲੇ ਜਗਵੰਤ ਸਿੰਘ ਨੇ ਗਹਿਣੇ ਲਈ ਹੋਈ ਸੀ, ਜੋ ਉਹਨਾਂ ਨੂੰ ਇਹਨੇ ਔਰਤ ਨੇ ਲਾਲਚ ਦਿੱਤਾ ਸੀ ਕਿ ਜੇਕਰ ਤੁਸੀਂ ਮੇਰਾ ਇਹ ਕੰਮ ਕਰਵਾ ਦਿੰਦੇ ਹੋ ਤੁਸੀਂ ਤਾਂ ਮੈਂ ਆਪਣੇ ਹਿੱਸੇ ਦੀ ਜਿਹੜੀ ਜ਼ਮੀਨ ਗਹਿਣੇ ਕੀਤੀ ਹੋਈ ਆ ਉਹ ਤੁਹਾਨੂੰ ਵਾਪਸ ਕਰ ਦੇਣੀ, ਜੋ ਵੀ ਇਸੇ ਲਾਲਚ ਆ ਗਏ। ਅਤੇ ਪਿੰਡ ਦਾ ਗ੍ਰੰਥੀ ਵੀ ਆ ਅਤੇ ਲਾਲਚ ਦੇ ਵਿੱਚ ਆ ਕੇ, ਕਿਉਂਕਿ ਉਹਦੇ ਕੋਲ ਸਿਰਫ 1.5 ਕਿੱਲਾ ਜ਼ਮੀਨ ਸੀ, 1 ਕਿੱਲਾ ਉਹਨੇ ਗਹਿਣੇ ਕਰਤੀ, ਸਿਰਫ 4 ਕਨਾਲਾ ਜ਼ਮੀਨ ਉਹਦੇ ਕੋਲ ਰਹਿ ਗਈ ਸੀ, ਉਹ ਵੀ ਇਸ ਲਾਲਚ ਆ ਗਿਆ। ਅਤੇ ਉਹ ਫਿਰ ਇਹਨਾਂ ਨੇ ਤਿੰਨਾਂ ਨੇ ਪਹਿਲਾਂ ਆਪਸ ਵਿੱਚ ਸਲਾਹ ਮਸ਼ਵਰਾ ਕਰਕੇ ਜਿਹੜੇ ਪੈਸਿਆਂ ਦੀ ਪੇਮੈਂਟ ਹੈ ਉਹ ਚੰਨਾ ਨੇ ਕਰਨੀ ਮੰਨ ਲਈ, ਜ਼ਮੀਨ ਜਿਹੜੀ ਹੈ ਇਹਨੂੰ ਵਾਪਸ ਦੇਣੀ ਉਹਨੇ ਮੰਨ ਲਈ, ਅਤੇ ਇਹ ਫਿਰ ਇਸ ਕਰਕੇ ਮੈਂ ਸਲਾਹ ਕਰਕੇ ਬੰਦੇ ਹਨ। ਇਲੀਗਲ ਰਿਲੇਸ਼ਨ ਆ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।